ਯੋ ਆਕਾਸ਼ਵਾਣੀ ਜੰਮੂ ਜਾਵੇ ਚੌਧਰੀ ਤੇ ਖਬਰ ਸੁਣੋ ਲੈਫਟੀਨੈਂਟ ਗਵਰਨਰ ਮਨੋਜ ਸੇਨਾ ਨੇ ਕੱਲ ਗਵਰਨਮੈਂਟ ਮੈਡੀਕਲ ਕਾਲਜ ਗੋਦੋਰੋ ਲਾਇਓ ਤਾਂ ਜੀ ਕੋਵਿਡ ਦਾ ਸਿਲਸਿਲਾ ਮੈਂ ਇੰਤਜ਼ਾਮਾਂ ਦਾ ਜਾਇਜ਼ਾ ਲਿਓ ਜਾ ਸਕੇ ਇਸ ਮੌਕੇ ਵਰ ਤਿੱਬੀ ਦੇਖਭਾਲ ਨਾ ਮਜ਼ਬੂਤ ਕਰਨ ਵਰ ਜ਼ੋਰ ਦਿੱਤਾ ਮਾ ਐਲ ਜੀ ਮੋਸੂਫ ਨੇ ਇਜ਼ਾਫੀ ਨੀਮ ਤਿੱਬੀ ਅਮਲੋ ਕਰਾਏ ਵਰ ਲੈਣ ਵਾਸਤੇ ਹਿਦਾਇਤ ਕੀ ਉਹਨਾਂ ਨੇ ਸੀਨੀਅਰ ਡਾਕਟਰ ਨਾਲ ਹਿਦਾਇਤ ਕੀ ਜਿਵੇਂ ਤਮਾਮ ਦਵਾਈਆਂ ਤੇ ਖੁਰਾਕ ਦੀ ਮਨਾਸਬ ਦਸਤਿਆਬੀ ਯਕੀਨੀ ਬਣਾਵੇ उन्होंने दिफाई तहकीक़ और तरक्की बारे तनजीम डीआरडीओ का पाँच सौ बिस्तर आला जेरे तमीर हस्पताल को दौरा लाया तो कम काज को जानकारी हासिल की यो हस्पताल भगवती नगर जम्मू में तमीर कियो जा रहे है इस सिलसिले में एल जी मसूफ ने महकमाए सेतना हिदायत की ज वो हस्पताल नाकाबलेक बनाते पहला पहलें डाक्टर और नीम तीबी अमला को इंतजाम कर लिया ਕੋਵਿਡ ਮਾਮਲੇ ਮਾ ਬਦਾ ਬਿਸ਼ਕਾਰ ਲੋਕਾਂ ਦੀ ਸਿਹਤ ਬਾਰੇ ਰੱਦੀ ਅਮਲ ਕੋ ਜਾਇਜ਼ੋ ਲਈ ਤਮਾ ਚੀਫ ਸਕੱਟਰੀ ਬੀਵੀਆਰ ਸੁਪਰਮਨੀਅਮ ਨੇ ਕੱਲ ਹਦਾਇਤ ਜਾਰੀ ਕੀ ਹੈ ਜੇ ਕੋਵਿਡ ਦੇਖਭਾਲ ਸਹੂਲियत ਨਾਲੇ ਟਿਕਾਕਰੀ ਮਾ ਤੇਜ਼ੀ ਅਨਿ ਜੈ ਉਹਨਾਂ ਨੇ ਜ਼ਿਲ੍ਹਾ ਇੰਤਜ਼ਾਮੀਆਂ ਨਾ ਹਦਾਇਤ ਕੀ ਹੈ ਜੇ ਵੇ ਟੈਸਟ ਬਰ ਹੈ ਪੂਰਾ ਕੋਟਾ ਕੋ ਇਸਤੇਮਾਲ ਕਰੇ ਤਾਂ ਜੇ ਜਲਦੀ ਤੋਂ ਜਲਦੀ ਬਿਮਾਰੀ ਕੋ ਪਤੋ ਲਾਇਆ ਜਾ ਸਕਿਆ ਅਤੇ ਇਸ ਤਰ੍ਹਾਂ ਅਲੱਗ ਥਲਗ ਰੱਖਣ ਤੇ ਮਰੀਜ਼ਾਂ ਨਾ ਕੋਵਿਡ ਕੋ ਇਲਾਜ ਕਰਨ ਮਾ ਮਦਦ ਕੀ ਜੈ ਚੀਫ ਸੈਕਟਰੀ ਨੇ ਜਾਣਕਾਰੀ ਦਿੱਤਾ ਮਾ ਕਿ ਹੋਇਆ ਜੇ ਜੰਮੂ ਕਸ਼ਮੀਰ ਮਾ ਕੋਵਿਡ ਮੌਤਾਂ ਬਾਰੇ ਜਾਇਜ਼ਾ ਗੇ ਮੁਤਾਬਕ 93% ਐਸਾ ਲੋਕਾਂ ਕੀ ਹੋ ਰਹੀ ਹੈ ਜਿਹੜਾ ਜੇ ਟੀਕਾ ਬਾਰੇ ਟੀਕਾ ਤੇ ਬਾਹਰ ਰਹਿ ਗਿਆ ਹੈ ਇਸ ਸਿਲਸਿਲੇ ਮਾ ਡਿਪਟੀ ਕਮਿਸ਼ਨਰ ਨਾ ਹਿਦਾਇਤ ਕੀਤੀ ਗਈ ਹੈ ਜਿਵੇਂ ਦੇਹੀ ਇਲਾਕਾ ਮਾ ਕੋਵਿਡ ਮਰਕਜ਼ ਨਾ ਮਜ਼ਬੂਤ ਬਣਾਵੇਂ ਤੇ ਉਤ ਸਹੂਲੀਅਤ ਮਾ ਆਸਾਨੀ ਪੈਦਾ ਕਰੇ ਇਨ ਕੋਵਿਡ ਮਰਕਜ਼ਾਂ ਨਾਲ ਸਤਾ 1 ਤੇ ਸਤਾ 2 ਹਸਪਤਾਲਾਂ ਨਾਲ ਜੋੜਿਓ ਜਾਏਗੋ ਤਾਂ ਜੇ ਹੰਗਾਮੀ ਸੂਰਤ ਹਾਲ ਮਾਮਰੀ ਜੰਗ ਨਾ ਮੁੰਤਕਲ ਕੀਓ ਜਾ ਸਕੇ ਡਿਵੀਜ਼ਨਲ ਕਮਿਸ਼ਨਰ ਜੰਮੂ ਡਾਕਟਰ ਰਾਗਵ ਲੰਗਰ ਲੰਗਰ ਨੇ ਕੱਲ ਸ਼੍ਰੀ ਮਹਾਰਾਜਾ ਗੁਲਾਬ ਸਿੰਘ ਐਸ ਐਮ ਜੀ ਐਸ ਹਸਪਤਾਲ ਕੋ ਦੌਰਾ ਲਾਇਆ ਅਤੇ ਉਤ ਬਾਸ਼ਮੂਲ ਆਕਸੀਜਨ ਪੈਦਾ ਕਰਨ ਵਾਲਾ ਕਾਰਖਾਨਾ ਗੁਜਾਇਜ਼ੋ ਲਿਓ ਡਿਵੀਜ਼ਨਲ ਕਮਿਸ਼ਨਰ ਨੇ ਪੀ ਡਬਲਯੂ ਡੀ ਨਾ ਹਿਦਾਇਤ ਕੀਤੀ ਜਿਵੇਂ ਕੰਮ ਗ੍ਰਿਫਤਾਰ ਨਾ ਤੇਜ਼ੀ ਕਰਨ ਇਹ ਕਾਰਖਾਨਾ ਕਮਰਾਨਾ ਜਲਦੀ ਤੋਂ ਜਲਦੀ ਮੁਕੰਮਲ ਕਰਨੋ ਯਕੀਨੀ ਬਣਾਵੇ ਡਿਵੀਜ਼ਨਲ ਕਮਿਸ਼ਨਰ ਨੇ ਐਮਈਡੀ ਦਾ ਇੰਜੀਨੀਅਰਾਂ ਨਾ ਹਿਦਾਇਤ ਕੀਤੀ ਜਿਵੇਂ ਮੈਡੀਕਲ ਗੈਸ ਪਾਈਪਲਾਈਨ ਨਸਬ ਕਰਨ ਵਾਲਾ ਕੰਮ ਮ ਤੇਜ਼ੀ ਪੈਦਾ ਕਰੇ ਤਾਂ ਜੇ ਵਾੜਾ ਮਾ ਵੈਂਟੀਲੇਟਰ ਤੇ ਆਕਸੀਜਨ ਟੋਰੀ ਜਾ ਸਕੇ ਮਮਕਨਾਂ ਕੋਵਿਡ ਤੇਜ਼ੀ ਲਹਿਰ ਕੋ ਹਵਾਲਾ ਦਿੱਤਾ ਮਾ ਸੂਬਾਈ ਕਮਿਸ਼ਨਰ ਨੇ ਐਸਐਮਜੀਐਸ ਹਸਪਤਾਲ ਹੁਕਾਮ ਨਾ ਹਿਦਾਇਤ ਕੀਤੀ ਜਿਵੇਂ ਸੁਰਤਿ ਹਾਲ ਕੋ ਮੁਕਾਬਲਾ ਕਰਨ ਵਾਸਤੇ ਤਿਆਰ ਹੋ ਜਾਏ ਸਰਕਾਰ ਨੇ ਜਾਣਕਾਰੀ ਦਿੱਤੀ ਹੈ ਜੇ ਕੋਵ ਜੰਮੂ ਕਸ਼ਮੀਰ ਮਾ ਨੋਵਲ ਕਰੋਨਾ ਵਾਇਰਸ ਗਾ ਕੁਲੀਚਾਰ ਲੱਖ 4141 ਤਾਜ਼ਾ ਮਾਮਲਾ ਬੰਦ ਹੈ ਅਨੁਗੀ ਰਿਪੋਰਟ ਹੈ ਇਸ ਮਾਮਲੇ ਮਾ 1690 ਕੋਵਿਡ 19 ਮਾਮਲਾ ਜੰਮੂ ਡਿਵੀਜ਼ਨ ਤੇ ਜਦ ਕਿ 2451 ਕਸ਼ਮੀਰ ਡਿਵੀਜ਼ਨ ਤੇ ਸਾਹਮਣੇ ਆਨਗੀ ਰਿਪੋਰਟ ਹੈ इस तरह जम्मू कश्मीर में उन मुस्बत मामलों की तादाद दो लाख चरताली हज़ार सौ अठ तक पुजी है इस सिलसिले में नाठ ताज़ा मौत हो जान की भी रिपोर्ट है जिनमें कती अफराध सूबा जम्मू ते जबकि अठाई मुतफी कश्मीर का रैनला दसाया गया है इस जिम्मन में त्रै हज़ार नौ सौ चौती अफराध सेहतयाब हो गया तुम बख बख हस्पता छुट्टी दी गई है ठीक हो जाने इन मरीजा मां एक हज़ार एक सौ पैंताली अफराध जम्मू डिवीजन का जबकि दो हज़ार सत्त सौ नुंजा सूबा कश्मीर रखें ਕਾਬਲੇ ਜ਼ਿਕਰ ਹੈ ਜੇ 244608 ਮਸਬਤ ਮਾਮਲਾਵਾਂ ਵਿੱਚੋਂ 59623 ਮਤਰਕ ਮਸਬਤ ਮਾਮਲੇ ਹਨ ਜਦ ਕਿ 199800 ਚੀਤ ਮਰੀਜ਼ ਠੀਕ ਹੋ ਗਿਆ ਔਰ 3159 ਅਫਰਾਦ ਦੀ ਮੌਤ ਵਾਕਿਆ ਹੋ ਗਈ ਵਫਤ ਪਾਜਣਾ ਲਾ ਇਨ ਮਰੀਜ਼ਾਂ ਵਿੱਚੋਂ 1438 ਮਤਵਫੀ ਸੂਬਾ ਜੰਮੂ ਦਾ ਜਦ ਕਿ 1710 ਗੋ ਤਾਲੂਕ ਕਸ਼ਮੀਰ ਡਿਵੀਜ਼ਨ ਨਾਲ ਦੱਸਿਆ ਗਿਆ ਹੈ ਵਜ਼ੀਰ ਦਿਫਾ ਰਾਜਨਾਥ ਸਿੰਘ ਅੱਜ ਸਵੇਰੇ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਕਰੋਨਾ ਮੁਖਾਲਿਫ ਦਵਾਈ ਕੋ ਪਹਿਲੋ ਜਥੋ ਜਾਰੀ ਕਰੇਗਾ ਇਹ ਦਵਾਈ ਡੀਆਰਡੀਓ ਦਾ ਇਦਾਰਾ ਆਈਐਨ ਐਮਐਸ ਦੀ ਤਰਫੋਂ ਤਿਆਰ ਕੀ ਗਈ ਹੈ ਆਲ ਇੰਡੀਆ ਰੇਡੀਓ ਦਾ ਨਮਾਇੰਦਰ ਨੇ ਰਿਪੋਰਟ ਹੋਰੀ ਹੈ ਜੇ ਇਸ ਸਿਲਸਿਲੇ ਮਾ ਅਜ਼ਮਾਇਸ਼ੀ ਨਤੀਜਾ ਦਸੇ ਜੇ ਇਹ ਦਵਾਈ ਮਰੀਜ਼ਾਂ ਵਾਸਤੇ ਕਾਰਾਮਤ ਸਾਬਤ ਹੋਏਗੀ ਤਾਂ ਇਸ ਤਰ੍ਹਾਂ ਆਕਸੀਜਨ ਦੀ ਮੰਗ ਵੀ ਘਟ ਹੋਏਗੀ ਡਿਊਟੀ ਕਮਿਸ਼ਨਰ ਕਠੂਆ ਰਾਹੁਲ ਯਾਦਵ ਨੇ ਕੱਲ ਕੋਵਿਡ ਕਨਟੇਨਮੈਂਟ ਤੇ ਇਸ ਸਿਲਸਲੇ ਮੈਂਤਜ਼ਮਾਤ ਗੁਜਾਇਜ਼ ਲਿਓ ਉਹਨਾਂ ਨੇ ਟੈਸਟ ਬਾਰੇ ਕੰਮ ਗੁਜਾਇਜ਼ ਲਿਓ ਇਸ ਸਿਲਸਲੇ ਮੈਂ ਡੀਸੀ ਮੌਸੂਫ ਨੇ ਟਿਕਾ ਕਰੀ ਪ੍ਰੋਗਰਾਮ ਗੈਨ ਨਾਲ ਨਾਲ ਰਹਿਨ ਮਖਤੂਤ ਗਏ ਇਲਾਵਾ ਸਬ ਡਿਵੀਜ਼ਨ ਬਿਲਾਵਰ ਮੈਂ ਪੀਨ ਦਾ ਪਾਣੀ ਬਿਜਲੀ ਸਪਲਾਈ ਸੁਰਤੇ ਹਲਗ ਵੀ ਜਾਇਜ਼ ਲਿਓ ਉਹਨਾਂ ਨੇ ਸੱਭ ਜ਼ਿਲ੍ਹਾ ਹਸਪਤਾਲ ਕੋ ਦੋ ਰੋਲ ਲਾਇਓ ਤੇ ਕੋਵਿਡ ਮਰੀਜ਼ਾਂ ਭਰੇ ਕੀਆ ਗਏ ਇੰਤਜ਼ਾਮਾਂਤ ਨੂੰ ਮਾਇਨੋ ਕੀਓ ਡਿਪਟੀ ਕਮਿਸ਼ਨਰ ਨੇ ਬੀਐਮਓ ਨਾ ਹਿਦਾਇਤ ਕਰਤਾ ਮਕਿਓ ਜੇ ਟਿਕਾਕਰੀ ਮੁਹਿੰਮ ਆ ਤੇਜ਼ੀ ਪਾਇਦਾ ਕੀਜੇ ਤਾ 45 ਬਰਾਂ ਤੇ ਮਤੀ ਉਮਰ ਗਾ ਤਮਾਮ ਲੋਕਾਂ ਨਾ ਟੀਕਾ ਲਾਇਆ ਜੇ رامبند ضلع انتظامیہ نے ان 16518 تعمیراتی مزدوراں کا حق میں 1.65 کروڑ روپے جاری کیے ہیں جڑا جے جموں کشمیر کا کارگوٹھا اور دوجا تعمیراتی کماں کی بہبود برائے بورڈ جے کے بی او سی ڈبلیو ڈبلیو بی ما درجے اسسٹنٹ لیبر کمشنر انگریز سنگھ نے کے مطابق ہر ایک مزدور نا بہ مہینہ واسطے 1000 روپے کی مالی مدد برائے راست ڈی بی ٹی طریقہ نال دیتی جا رہی ہے اس کے نال ہی گوجری ما خبرنگ وچ مارو مک گیو